ਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ। ਜੇਕਰ ਤੁਸੀਂ ਵੀ ਬੁਲੇਟ ਰੱਖਿਆ ਤੇ ਉਸਦੇ ਪਟਾਕੇ ਪਾਉਣ ਦੇ ਸ਼ੌਕੀਨ ਹੋ ਤਾਂ ਯਾਦ ਰੱਖਿਓ ਪੁਲਿਸ ਤੁਹਾਡੇ ਪਿੱਛੇ ਪਿੱਛੇ ਹੀ ਘੁੰਮ ਰਹੀ ਹੈ। ਜੀ ਹਾਂ, ਦੱਸ ਦਈਏ ਕਿ ਅਜਿਹਾ ਇੱਕ ਭੁਲੇਖਾ ਦੂਰ ਕੀਤਾ ਪੁਲਿਸ ਨੇ ਇੱਕ ਨੌਜਵਾਨ ਦਾ, ਜਿਸਨੇ ਕਿ ਚੌਂਕ ਦੇ ਵਿੱਚ ਪਹਿਲਾਂ ਤਾਂ ਖੜਕੇ ਬੁਲਟ ਦੇ ਚਾਰ ਇੱਕ ਤੋਂ ਬਾਅਦ ਇੱਕ ਕਰਕੇ ਪਟਾਕੇ ਮਾਰੇ ਤੇ ਫਿਰ ਉਹ ਜਦੋਂ ਆਪਣੇ ਘਰ ਚਲਾ ਗਿਆ ਤਾਂ ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਉਸ ਨੌਜਵਾਨ ਦੇ ਘਰ ਪਹੁੰਚੀ ਹੈ ਤੇ ਘਰ ਪਹੁੰਚ ਕੇ ਜਿੱਥੇ ਉਸ ਨੌਜਵਾਨ ਦੀ ਕਲਾਸ ਲਗਾਈ ਹੈ, ਕਲਾਸ ਲਗਾਉਣ ਤੋਂ ਬਾਅਦ ਮੋਟਾ ਚਲਾਨ ਗਿਫਟ ਦੇ ਰੂਪ ਦੇ ਵਿੱਚ ਦਿੱਤਾ ਤਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਹੁਣ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਸਖ਼ਤ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਹੁਣ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਬੁਲਟ ਦੇ ਪਟਾਕੇ ਪਵਾਏ ਤਾਂ ਤੁਹਾਡੇ ਵੀ ਪਟਾਕੇ ਆ ਵੱਡੇ ਗਿਫਟ ਦੇ ਰੂਪ ਵਿੱਚ ਪੈਣਗੇ। ਜੀ ਹਾਂ, ਦੱਸ ਦਈਏ ਕਿ ਪਹਿਲਾਂ ਤਾਂ ਪੁਲਿਸ ਉਸ ਨੌਜਵਾਨ ਦੇ ਘਰ ਪਹੁੰਚੀ, ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਦੱਸਿਆ, ਮਾਪਿਆਂ ਨੂੰ ਦੱਸਿਆ, ਮਾਪਿਆਂ ਨੇ ਜਿੱਥੇ ਉਸ ਨੌਜਵਾਨ ਦੀ ਕਲਾਸ ਲਗਾਈ ਉਸ ਤੋਂ ਬਾਅਦ ਪੁਲਿਸ ਨੇ ਵੀ ਉਸਨੂੰ ਝਾੜ ਪਾਈ ਹੈ ਤੇ ਫਿਲਹਾਲ ਹਾਲੇ ਉਸਦਾ ਮੋਟਾ ਚਲਾਨ ਕਰਕੇ ਉਸਨੂੰ ਛੱਡ ਦਿੱਤਾ ਗਿਆ। ਪਰ ਇੱਥੇ ਧਾਕੜ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਜੇਕਰ ਹੁਣ ਕਿਸੇ ਨੇ ਵੀ ਹੁਸ਼ਿਆਰਪੁਰ ਦੇ ਵਿੱਚ ਬੁਲਟ ਦੇ ਪਟਾਕੇ ਪਵਾਏ ਸਿਰਫ ਚਲਾਨ ਹੀ ਨਹੀਂ ਹੋਵੇਗਾ, ਉਸਦੇ ਨਾਲ ਉਸਦੇ ਉੱਤੇ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਹੁਣ ਪੁਲਿਸ ਬਿਲਕੁਲ ਮੁਸਤੈਦ ਨਜ਼ਰ ਆ ਰਹੀ ਹੈ, ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਸ਼ੋਰ ਸ਼ਰਾਬਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਦੱਸ ਦਈਏ ਕਿ ਚੌਂਕ ਦੇ ਵਿੱਚ ਖੜ ਕੇ ਮੁੰਡੇ ਨੇ ਬੁਲਟ ਦੇ ਪਟਾਕੇ ਪਵਾਏ ਸੀ ਤੇ ਫਿਰ ਹੁਣ ਪੁਲਿਸ ਉਸਦੇ ਘਰ ਪਹੁੰਚੀ ਹੈ ਤੇ ਉਸਨੂੰ ਚਲਾਨ ਦੇ ਰੂਪ ਦੇ ਵਿੱਚ ਦੇਖੋ ਕੀ ਗਿਫਟ ਦਿੱਤਾ ਗਿਆ। ਇਹੀ ਮੋਟਰਸਾਈਕਲ ਹੈ ਜੀ, ਕੱਲ੍ਹ ਜਿਹਨੇ ਜਿਹੜਾ ਸੈਸ਼ਨ ਚੌਂਕ ਹੈ, ਸੈਸ਼ਨ ਚੌਂਕ ਹੁਸ਼ਿਆਰਪੁਰ ਦੇ ਵਿੱਚ ਚਾਰ ਪਟਾਕੇ ਮਾਰੇ ਔਰ ਪਟਾਕੇ ਵੀ ਜਿਹੜੇ ਸੀਗੇ ਬੜੇ ਜ਼ਬਰਦਸਤ ਸੀ, ਇੰਝ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਮਤਲਬ ਗੋਲੀ ਚੱਲੀ ਹੋਵੇ। ਅੱਜ ਇਹ ਬੱਚੇ ਦੇ ਘਰ ਆਏ ਸੀ ਔਰ ਉਹ ਮੰਨਿਆ ਇਸ ਚੀਜ਼ ਨੂੰ ਭਾਈ ਅੰਕਲ ਮੇਰੀ ਗਲਤੀ ਹੈ, ਮੈਂ ਅੱਗੇ ਤੋਂ ਨਹੀਂ ਕਰਦਾ। ਪਟਾਕੇ ਮਾਰਦਾ ਸੀ, ਅਸੀਂ ਇਸ ਬੱਚੇ ਦੇ ਘਰ ਆਏ ਹਾਂ, ਮੋਟਰਸਾਈਕਲ ਜਿਹੜਾ ਫੜਦਿਆ, ਜਿਹੜਾ ਇਹਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾ ਕਾਬਲੇ ਬਰਦਾਸ਼ਤ ਹੈ। ਦੇਖੋ, ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ, ਪੇਰੈਂਟਸ ਅਤ ਸ਼ਰੀਫ ਵਿਅਕਤੀ ਆ ਔਰ ਉਹਨਾਂ ਨੇ ਵੀ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਕਿ ਭਾਅ ਜੀ ਇਹ ਪਤਾ ਨਹੀਂ ਕੱਲ੍ਹ ਕਿੱਥੋਂ ਬਦਲਾ ਕੇ ਲੈਂਦਾ ਜੀ ਆਪਣੀ ਮਰਜ਼ੀ ਨਾਲ, ਅਸੀਂ ਜਿਹੜਾ ਸਲੰਸਰ ਹੈ ਇਹ ਵੀ ਲਵਾਉਣ ਲੱਗੇ ਹਾਂ, ਇਹਦਾ ਜੋ ਮੌਕੇ 'ਤੇ ਚਲਾਉਣ ਬਣਦਾ ਉਹ ਵੀ ਕਰਾਂਗੇ। ਅਤੇ ਪਲੀਜ਼, ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ, ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹੁਸ਼ਿਆਰਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮੁਕੱਦਮਾ ਵੀ ਦਰਜ ਕਰੂੰਗਾ। ਇਹ ਭੁੱਲ ਜਾਓ ਤੁਸੀਂ ਵੀ ਆਪਾਂ ਇਕੱਲਾ ਚਲਾਨ ਕਰਾਂਗੇ, ਮੁਕੱਦਮਾ ਵੀ ਦਰਜ ਕਰਾਂਗੇ। ਹੁਣ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਹਾਂ, ਲਿਆਓ ਜੀ ਇਹਦੀ ਆਰਸੀ ਲਿਆਓ। ਜਦੋਂ ਜੀ ਕਰੇ ਕਿ ਮੈਂ ਸ਼ਹਿਰ 'ਚ ਪਟਾਕਾ ਮਾਰਨਾ, ਇਹਨੂੰ ਪੁੱਤ ਵੇਖ ਜ਼ਰੂਰ ਲੈਣਾ, ਇਹ ਘੱਟੋ ਘੱਟ ਤੈਨੂੰ ਪਟਾਕੇ ਤੋਂ ਰੋਕ ਲੂਗਾ, ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ, ਬਈ ਪਟਾਕਾ ਨਹੀਂ ਮਾਰਨਾ। ਓਕੇ, ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ? ਕਿੰਨੇ ਪਟਾਕੇ ਮਾਰੇ ਸੀ? ਚਾਰ ਕੀ ਮਿਲਿਆ? ਕੁਛ ਮਿਲਿਆ? ਆਹ ਗਿਫਟ ਮਿਲਿਆ ਤੈਨੂੰ, ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀ।
ਠੀਕ ਹੈ। ਜਦ ਪੇਪਰ ਵੀ ਆਉਣਗੇ ਨਾ ਅਤੇ ਪੇਪਰ 'ਚ ਵੀ ਇਹਨੂੰ ਵੇਖ ਕੇ ਜਾਣਾ ਪੁੱਤ, ਇਹਦੇ ਨਾਲ ਫਿਰ ਡਰ ਨਹੀਂ ਲੱਗਦਾ। ਠੀਕ ਹੈ, ਜਾਓ ਸ਼ਾਬਾਸ਼, ਥੈਂਕ ਯੂ।